ਚੂੜੇ ਇਕੱਠੇ ਹੋ ਗਏ, ਹੋਰ ਤਾਂ ਕੋਈ ਕੰਮ ਨਹੀਂ ਚੱਲਿਆ, ਤੇ ਵੀ ਪੁੱਠਾ ਸਿੱਧਾ ਬੋਲੇ, ਚੂੜੇ ਇਕੱਠੇ ਹੋ ਗਏ ਵੀ ਇੱਥੇ ਆ ਗਏ ਕੰਮ ਕਰਨ ਨੂੰ, ਇੱਥੇ ਕੰਮ ਮਿਲਿਆ ਤੁਹਾਨੂੰ? ਅਸੀਂ ਕਈ ਬੁੜੀਆਂ ਵਾਸ਼ਰੂਮ ਕਰ ਰਹੀਆਂ ਸੀ ਜੀ, ਆ ਕੇ ਇਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਜੀ, ਤੇ ਕਈ ਬੁੜੀਆਂ ਦੇ ਬੱਠਲ ਚਲਾ ਕੇ ਮਾਰੇ ਜੀ, ਸਾਨੂੰ ਅਪਸ਼ਬਦ ਬੋਲੇ, ਬਹੁਤ ਗਲਤ ਫਲਤ ਬੋਲੇ ਆ ਜੀ। ਇੱਕ ਪੀਟੀ ਸਿੰਘ ਬਲਕਾਰ ਸਿੰਘ ਤੇ ਐਕਸ ਸਰਪੰਚ ਬਲਜੀਤ ਸਿੰਘ, ਉਹਨਾਂ ਨੇ ਮੌਕੇ ਤੇ ਆ ਕੇ ਉੱਥੇ ਵੀਡੀਓ ਵਗੈਰਾ ਬਣਾਉਣੀ ਸ਼ੁਰੂ ਕਰਤੀ, ਜਿਹੜਾ ਕਿ ਕੰਮ ਹੈ ਉਹ ਪੂਰਾ ਪੱਧਰ ਤਰੀਕੇ ਤੇ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸਿਵਰਾਜ ਸਿੰਘ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ। ਇਸ ਵਕਤ ਪਿੰਡ ਫੱਗੂ ਦੇ ਵਿੱਚ ਮੌਜੂਦ ਹਾਂ, ਸੋ ਮੇਰੇ ਨਾਲ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਮਨਰੇਗਾ ਵਾਲੀ ਜਿਹੜੀ ਲੇਬਰ ਹੈ ਫੱਗੂ ਦੀਆਂ ਮਹਿਲਾਵਾਂ ਨੇ ਜੋ ਕਿ ਗਰੀਬ ਦਬਕੇ ਤੋਂ ਨੇ ਉਹ ਮੌਜੂਦ ਹੈ। ਸੋ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਇਹਨਾਂ ਮਹਿਲਾਵਾਂ ਦੇ ਨਾਲ ਇੱਕ ਪਿੰਡ ਦੇ ਵਿੱਚ ਹੀ ਘਿਨੌਣੀ ਹਰਕਤ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਹੈ, ਸੋ ਕੀ ਕੁਝ ਹੋਇਆ ਉਹਨਾਂ ਦੇ ਨਾਲ, ਸੋ ਆਓ ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ। ਕੀ ਨਾਮ? ਰਾਣੀ ਕੌਰ ਹੈ ਜੀ। ਕੀ ਗੱਲ ਹੋਈ ਆ ਕੱਲ ਜੀ? ਅਸੀਂ ਨਰੇਗਾ ਤੇ ਜਦੋਂ ਕੰਮ ਕਰਦੇ ਸੀ ਵੀ ਤਿੰਨ ਜਣੇ ਸੀਗੇ, ਤਿੰਨ ਜਣੇ ਆਏ ਗੱਡੀ ਚ, ਕਿੱਦਾਂ ਦੇ ਰੌਲਾ ਚੱਲੀ ਜਾਂਦਾ ਸਾਨੂੰ ਬੰਦ ਕਰਨ ਨੂੰ ਕੰਮ, ਪਰ ਅਸੀਂ ਨਕਸ਼ਾ ਨੁਕਸ਼ਾ ਬਣਵਾ ਕੇ ਲਿਆਏ ਸਾਰਾ ਤੇ ਕੰਮ ਬੰਦ ਨਹੀਂ ਹੋ ਸਕਿਆ ਗਾ, ਤੇ ਨਹੀਂ ਅੱਜ ਨੂੰ ਕਰ ਵੀ ਜਾਂਦੇ ਜੇ ਨਾ ਪੱਕਾ ਸਬੂਤ ਹੁੰਦਾ ਗਾ। ਤੇ ਉਹਨਾਂ ਨੇ ਕੀ ਕੀਤਾ ਕਿ ਆ ਕੇ ਜਦੋਂ ਵੀਡੀਓ ਬਣਾਉਣ ਲੱਗ ਗਏ, ਫੋਟੋਆਂ ਲਾਉਣ ਲੱਗ ਗਏ ਸਾਡੀਆਂ, ਤੇ ਅਸੀਂ ਬੋਲ ਪਈਆਂ, ਥੋੜੀਆਂ ਜਣੀਆਂ ਸੀ, ਮੀਂਹ ਆ ਗਿਆ, ਮੀਂਹ ਤੋਂ ਬਾਅਦ ਵੀ ਕੁਛ ਲੋਕ ਵੀ ਗੁਰਦੁਆਰੇ 'ਚ ਵਗ ਗਏ, ਕੁਛ ਘਰੋਂ ਘਰ ਇੱਧਰ ਨੇੜੇ ਪੈਂਦਾ ਵਿਹੜਾ ਵਗ ਗਏ। ਚੱਲ ਕੋਈ ਗੱਲ ਨਹੀਂ, ਅਸੀਂ 10-20 ਬੁੜੀਆਂ ਸੀਗੀਆਂ ਜਿਹੜੀਆਂ, ਅਸੀਂ ਉਹਨਾਂ ਪੁੱਛਿਆ ਵੀ ਸਾਡੀ ਫੋਟੋ ਕਾਹਤੋਂ ਲਾਹੀ, ਜਦੋਂ ਫੋਟੋ ਲਾ ਲਈ ਉਹ ਕਹਿੰਦੇ ਅਸੀਂ ਤਾਂ ਊਂ ਹੀ ਲਾ ਲਈ, ਊਂ ਹੀ ਲਾ ਲਈ। ਤੇ ਉਹ ਮੁੰਡੇ ਜਦੋਂ ਇਹ ਭੱਜ ਕੇ ਆਏ, ਦੋ ਜਣੇ ਭੱਜ ਕੇ ਆਏ, ਤੇ ਇਹਨਾਂ ਨੂੰ ਵੀ ਚੁੰਬੜ ਨੂੰ ਕਰਿਆ ਉਹ ਮੁੰਡੇ ਨੇ, ਉਹ ਮੁੜ ਕੇ ਅਸੀਂ ਆਖਿਆ ਵੀ ਬਾਈ ਬਾਹਰ ਨਿਕਲ ਕੇ ਸਾਡੇ ਨਾਲ ਗੱਲ ਕਰ, ਵੀ ਉਹਦਾ ਤਾਂ ਮਤਲਬ ਹੀ ਨਹੀਂ ਤੁਹਾਡੇ ਨਾਲ ਇਹਨਾਂ ਨਾਲ ਗੱਲ ਕਰਨਾ, ਗੱਲ ਤਾਂ ਸਾਡੇ ਨਾਲ ਹੈ ਨਰੇਗਾ ਵਾਲਿਆਂ ਨਾਲ। ਤੇ ਜਦੋਂ ਸੇਰੂ ਕੋਲ ਆਏ ਉਹ ਗੱਡੀ 'ਚ ਵੜ ਗਿਆ, ਅਸੀਂ ਆਖਿਆ ਵੀ ਸਾਡੇ ਨਾਲ ਗੱਲ ਕਰ, ਵੀ ਗੱਡੀ 'ਚ ਨਾ ਵੜ। ਇੱਕ ਜਣਾ ਥੱਲੇ ਖੜਾ ਸੀਗਾ, ਦੋ ਜਣੇ ਵਿੱਚ ਵੜ ਗਏ ਗੱਡੀ ਦੇ। ਕੀ ਨਾਮ? ਕੀ ਹੈ ਮਤਲਬ? ਨਾ ਇੱਕ ਨਾ ਪੀਟੀ ਹੈ, ਤੇ ਦੂਜੇ ਮੁੰਡੇ ਨਾਲ ਮੈਂ ਨਾਂ ਨਹੀਂ ਜਾਣਦੀ, ਬਲਕਾਰਾ। ਤੇ ਫਿਰ ਉਹ ਸਰਪੰਚ ਸੀ ਮੌਕੇ ਦਾ, ਹਾਂ ਬਲਜੀਤਾ ਸਰਪੰਚ ਸੀ ਨਾਲ, ਉਹਦਾ ਤਾਂ ਹੱਕ ਹੀ ਨਹੀਂ ਸੀ ਜਦੋਂ ਸਰਪੰਚ ਬਣੇ। ਜੇ ਹੁਣ ਕੀ ਗੱਲ ਹੋ ਗਈ, ਇਹਨਾਂ ਨੇ ਪੈਸਾ ਲਾ ਕੇ ਸਰਪੰਚ ਬਣੇ ਆ, ਫਿਰ ਕੁਛ ਕਰਨਾ ਨਹੀਂ ਇਹਨਾਂ ਨੇ ਜੀ ਪਿੰਡ ਦਾ, ਕੁਛ ਤਾਂ ਕਰਨਾ ਹੀ ਹੈ। ਹਾਂ, ਕੰਮ ਕੀ ਪਤਾ ਸਾਨੂੰ ਕਰ, ਕਿਹੜੀ ਗੱਲ ਤੋਂ ਕਰਾਉਂਦੇ, ਸਾਨੂੰ ਤਾਂ ਕੋਈ ਪਤਾ ਨਹੀਂ। ਸਟੇਟ ਹੀ ਆਮ ਕਹਿੰਦੇ ਬਣਾਉਣਾ, ਉਹ ਵੀ ਕਰਤਾ, ਸਾਰਾ ਕੁਛ ਕਰੀ ਬੈਠੇ, ਸਬੂਤ ਸਾਰੇ ਹੈਗੇ ਇਹਨਾਂ ਕੋਲ ਪੱਕੇ। ਤੇ ਗੱਲ ਕਰ, ਹਾਂ ਸਾਡਾ 5 ਸਾਲ ਹੋ ਗਏ ਕੰਮ ਨਹੀਂ ਚੱਲਣ ਦਿੰਦੇ ਜੀ, ਸਾਡਾ ਸਾਨੂੰ ਸੂਏ ਤੋਂ ਹਟਾਇਆ, ਉਦੋਂ ਵੀ ਸਾਡੇ ਹੋਏ ਆ ਉਹਨਾਂ ਨਾਲ ਬੋਲ ਚਾਲ ਹੋਈ। ਫਿਰ ਇਹ ਹੁਣ ਅੱਗੇ ਤਾਂ ਅਸੀਂ ਚੱਲ ਦੁਕਾਨ ਤੇ ਵਾਗੇ ਸੀ, ਦੁਕਾਨ ਤੇ ਗਏ ਲੋਕ, ਹੁਣ ਅਸੀਂ ਸਾਡੇ ਆਪ ਖੱਡਿਆਂ ਤੇ ਆਏ ਉਹ ਕੰਮ ਕਰਨ। ਜੇ ਅਸੀਂ ਸਾਰੀਆਂ ਬੁੜੀਆਂ ਹੁੰਦੀਆਂ ਤਾਂ ਅਸੀਂ ਚੁੰਬੜ ਵੀ ਸਕਦੀਆਂ ਸੀ, ਉੱਥੇ ਖਬਰਾਂ ਕੀ ਕੁਛ ਹੋ ਜਾਂਦਾ ਤੇ ਕੰਮ ਚੱਲਣ ਨਹੀਂ ਦਿੰਦੇ ਜੀ ਸਾਡਾ। ਕੋਈ ਅਪਸ਼ਬਦ ਵੀ ਬੋਲੇ ਉਹਨਾਂ? ਹਾਂ ਜੀ, ਫਿਰ ਸਾਨੂੰ ਕਹਿੰਦੇ ਚੂੜੇ ਇਕੱਠੇ ਹੋ ਗਏ, ਹੋਰ ਤਾਂ ਕੋਈ ਕੰਮ ਨਹੀਂ ਚੱਲਿਆ, ਤੇ ਵੀ ਪੁੱਠਾ ਸਿੱਧਾ ਬੋਲੇ, ਚੂੜੇ ਇਕੱਠੇ ਹੋ ਕੇ ਵੀ ਇੱਥੇ ਆ ਗਏ ਕੰਮ ਕਰਨ ਨੂੰ, ਇੱਥੇ ਕੰਮ ਮਿਲਿਆ ਤੁਹਾਨੂੰ? ਹਾਂ, ਬਸ ਇੰਨੀ ਗੱਲ ਹੋਈ ਤੇ ਮੁੜ ਕੇ ਅਸੀਂ ਫਿਰ ਸਾਰੀਆਂ ਬੋਲ ਪਈ। ਅਸੀਂ ਕਈ ਬੁੜੀਆਂ ਵਾਸ਼ਰੂਮ ਕਰ ਰਹੀਆਂ ਸੀ ਜੀ, ਆ ਕੇ ਇਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਜੀ, ਤੇ ਕਈ ਬੁੜੀਆਂ ਦੇ ਬੱਠਲ ਚਲਾ ਕੇ ਮਾਰੇ ਜੀ, ਸਾਨੂੰ ਅਪਸ਼ਬਦ ਬੋਲੇ, ਬਹੁਤ ਗਲਤ ਫਲਤ ਬੋਲੇ ਆ ਜੀ। ਸਾਨੂੰ ਕਹਿੰਦੇ ਨਰੇਗਾ ਦਾ ਕੰਮ ਨਹੀਂ ਕਰਨ ਦੇ, ਪਹਿਲਾਂ ਅਸੀਂ ਆਹ ਟੋਭਾ ਖਾਲੀ ਕਰਵਾਇਆ ਸੀ ਜੀ ਕੰਮ ਵਾਸਤੇ, ਇਹ ਰਾਤੇ ਰਾਤ ਇਹਨਾਂ ਨੇ ਪਾਣੀ ਦਾ ਭਰਤਾ ਜੀ, ਉਧਰਲਾ ਖਾਲੀ ਕਰਵਾਇਆ ਜੀ, ਉਹ ਵੀ ਭਰਤਾ। ਸਾਨੂੰ ਕਹਿੰਦੇ ਨਰੇਗਾ ਦਾ ਕੰਮ ਨਹੀਂ ਕਰਨ ਦਿੰਦੇ, ਤੁਹਾਡਾ ਕੰਮ ਬੰਦ ਹੋਣਾ ਚਾਹੀਦਾ ਜੀ। ਕਾਹਤੋਂ ਬੰਦ ਕਰਵਾਉਣਾ? ਸਾਨੂੰ ਇਹ ਨਹੀਂ ਪਤਾ ਜੀ, ਇਹੀ ਤਾਂ ਅਸੀਂ ਪੁੱਛਦੇ ਆ ਵੀ ਸਾਥੋਂ ਕਾਹਤੋਂ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਕਾਹਤੋਂ ਬੰਦ ਕਰਵਾਉਂਦੇ ਜੀ, ਕੀ ਕਾਰਨ ਹੈ ਜੀ? ਫੋਟੋਆਂ ਖਿੱਚੀਆਂ ਗਈਆਂ? ਹਾਂਜੀ, ਸਾਡੇ ਹਾਂਜੀ ਸਾਡੇ ਬੱਠਲ ਚਲਾ ਕੇ ਮਾਰੇ ਜੀ, ਕੱਲ ਗਏ ਸੀਗੇ ਜੀ, ਹਜੇ ਕੋਈ ਆਏ ਨਹੀਂ ਸੀਗੇ ਜੀ, ਹਜੇ ਮੀਂਹ ਆ ਗਿਆ ਸੀਗਾ ਜੀ। ਤੁਸੀਂ ਕੀ ਮੰਗ ਕਰਦੇ ਹੋ ਵੀ ਕੀ ਹੋਣਾ ਚਾਹੀਦਾ? ਅਸੀਂ ਕਹਿ ਰਹੇ ਹਾਂ ਸਾਡਾ ਕੰਮ ਚੱਲਣਾ ਚਾਹੀਦਾ, ਇਹ ਸਾਡੇ ਇਹਨਾਂ ਦਾ ਕੀ ਹੱਕ ਆ ਸਾਡੇ ਕੰਮ 'ਚ ਹਿੱਸਾ ਲੈਣ ਦਾ ਜੀ? ਪੰਚਾਇਤੀ ਥਾਂ ਜੀ ਦਿੰਦੇ ਆ ਕੰਮ ਧੰਦਾ ਵੀ ਚੱਲਣ ਨਹੀਂ ਦਿੰਦੇ, ਸਰਕਾਰ ਨੇ ਕੰਮ ਦਿੱਤਾ ਜੀ, ਇਹਨਾਂ ਦੇ ਜ਼ਿਮੀਂਦਾਰਾਂ ਦਾ ਕੋਈ ਹੱਕ ਨਹੀਂ ਜੀ। ਸਾਡੇ ਤਾਂ ਸਾਨੂੰ ਕਹਿ ਦਿੰਦੇ ਆ ਜੀ ਸਾਰੇ ਅਫਸਰ ਸਾਡੇ ਮਗਰਾ, ਸਾਰੀ ਪੁਲਿਸ ਤੁਹਾਡੇ ਮਗਰਾ, ਤੁਹਾਡੀ ਕਿਹੜਾ ਕੋਈ ਸੁਣਦਾ ਜੀ? ਸਾਨੂੰ ਇਹ ਕਹਿੰਦੇ ਆ ਜੀ ਇਹ,
ਹਾਂਜੀ ਸਾਡੇ ਕੋਲ ਪੈਸੇ ਆ ਜੀ, ਕਹਿ ਦਿੰਦੇ ਅਸੀਂ ਤਾਂ ਪੈਸੇ ਲੈ ਕੇ ਮੁੱਲ ਖਰੀਦ ਲਾਂਗੇ ਜੀ। ਪੀ ਟੀ ਆ ਜੀ ਇੱਕ ਤਾਂ, ਇੱਕ ਬਲਕਾਰ ਆ ਜੀ, ਇੱਕ ਸਰਪੰਚ ਆ ਜੀ ਬਲਜੀਤ। ਸਾਨੂੰ ਕਹਿ ਦਿੰਦੇ ਸਾਡੇ ਕੋਲ ਪੈਸੇ ਆ ਜੀ, ਅਸੀਂ ਤਾਂ ਮੁੱਲ ਖਰੀਦ ਲਾਂਗੇ ਸਭ ਕੁਛ ਜੀ ਤੁਹਾਡੇ ਕੋਲ। ਜਿਹੜਾ ਕੱਲ ਦਾ ਘਟਨਾਕ੍ਰਮ ਹੋਇਆ ਜੀ, ਇਹ ਮੌਕੇ ਤੇ ਉੱਥੇ ਕੰਮ ਚੱਲ ਰਿਹਾ ਸੀ, ਮਨਰੇਗਾ ਦਾ ਲੇਬਰ ਲੱਗ ਰਹੀ ਸੀਗੀ। ਇੱਕ ਪੀ ਟੀ ਸਿੰਘ, ਬਲਕਾਰ ਸਿੰਘ ਤੇ ਐਕਸ ਸਰਪੰਚ ਬਲਜੀਤ ਸਿੰਘ, ਉਹਨਾਂ ਨੇ ਮੌਕੇ ਤੇ ਆ ਕੇ ਉੱਥੇ ਵੀਡੀਓ ਵਗੈਰਾ ਬਣਾਉਣੀ ਸ਼ੁਰੂ ਕਰਤੀ। ਜਿਹੜਾ ਕਿ ਕੰਮ ਹੈ ਉਹ ਪੂਰਾ ਪੱਧਰ ਤਰੀਕੇ ਦੇ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਉਹ। ਬਾਕੀ ਪੰਚਾਇਤ ਅਫਸਰ ਵੀ ਆਏ ਸੀਗੇ ਪਰਸੋਂ ਦੀ ਗੱਲ ਆ, ਉਹ ਵੀ ਚੈੱਕ ਕਰਕੇ ਗਏ ਆ, ਉਹਨਾਂ ਨੂੰ ਵੀ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆਈ ਕੰਮ ਦੇ ਵਿੱਚ। ਉਹ ਕਹਿੰਦੇ ਵੀ ਤੁਸੀਂ ਆਪਦਾ ਕੰਮ ਕਰਵਾਓ, ਕੋਈ ਦਿੱਕਤ ਵਾਲੀ ਗੱਲ। ਮਹਿਲਾਵਾਂ ਦਾ ਕਹਿਣਾ ਕਿ ਜਾਤੀ ਸੂਚਕ ਸ਼ਬਦ ਜਿਹੜੇ ਉਹ ਵੀ ਬੋਲੇ ਗਿਆ, ਕੋਈ ਪੁਲਿਸ ਕੰਪਲੇਂਟ ਹੋਈ ਉਹਨਾਂ ਤੇ? ਪੁਲਿਸ ਕੰਪਲੇਂਟ ਕਰ ਰੱਖੀ ਹੈ ਜੀ ਅਸੀਂ, ਅੱਜ ਪੁਲਿਸ ਪ੍ਰਸ਼ਾਸਨ ਬਿਆਨ ਲੈ ਕੇ ਆ ਜੂਗਾ। ਠੀਕ ਹੈ, ਧੰਨਵਾਦ।